ਤੁਸੀਂ ਜੁੜੇ ਹੋ ਐਨ ਐਨ ਆਰ ਨਿਊਜ਼ ਦੇ ਨਾਲ ਅਤੇ ਮੈਂ ਹਾਂ ਤੁਹਾਡੇ ਨਾਲ ਹਰਦੀਪ। ਜੋ ਤੁਸੀਂ ਇਹ ਖਬਰ ਹੈ ਵੀਡੀਓ ਦੇਖ ਰਹੇ ਹੋ ਉਹ ਮੈਦਪੁਰ ਦੀ ਹੈ। ਜਲੰਧਰ ਜ਼ਿਲ੍ਹੇ ਦਾ ਇੱਕ ਕਸਬਾ ਹੈ, ਛੋਟਾ ਜਿਹਾ ਸ਼ਹਿਰ ਹੈ ਮੈਦਪੁਰ। ਤਾਂ ਬਹੁਤ ਹੀ ਇਹੋ ਜਿਹੀਆਂ ਦੁਕਾਨ ਦੀ ਵੀਡੀਓ ਹੈ, ਤਾਂ ਬਹੁਤ ਹੀ ਘੱਟ ਤੁਹਾਨੂੰ ਇਹੋ ਜਿਹੀਆਂ ਦੁਕਾਨਾਂ ਦੇਖਣ ਨੂੰ ਮਿਲਣਗੀਆਂ। ਦੂਜੀ ਗੱਲ ਕਿ ਇੱਥੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ, ਪਰ ਦੁਕਾਨਾਂ ਤੁਸੀਂ ਦੇਖੋਗੇ ਸਭ ਤੋਂ ਪਹਿਲਾਂ ਕਦੀ ਕਿਸੇ ਦੁਕਾਨ 'ਚ ਆਪਾਂ ਐਂਟਰ ਕਰਦੇ ਹਾਂ ਤਾਂ ਵੱਡਾ ਸਿਰਾ ਕੈਮਰਾ ਸ਼ੀਸ਼ਾ ਲੱਗਿਆ ਹੁੰਦਾ, ਉਹ ਅੱਜ ਕੱਲ੍ਹ ਸ਼ੌਂਕ ਬਣ ਗਿਆ, ਕਹਿੰਦੇ ਮਿੱਟੀ ਘਟਣੀ ਪੈਂਦਾ। ਅਤੇ ਇਹਨਾਂ ਦੀ ਦੁਕਾਨ ਉਹੀ ਪੁਰਾਣਾ ਮਾਡਲ, ਪੁਰਾਣੇ ਜ਼ਮਾਨੇ ਦੀ ਦੁਕਾਨ, ਉਹੀ ਦੇਖੋ ਕਿੱਦਾਂ ਉਹ ਤਕੜੀ ਵਗੈਰਾ ਪਈ ਆ, ਤੋਦਣ ਵਾਲੀ ਵੱਟੇ ਪਏ ਆ, ਉਹ ਪੁਰਾਣਾ ਪੁਰਾਣੀਆਂ ਗੱਲਾਂ ਸਾਰੀਆਂ। ਇਹਦਾ ਕਾਰਨ ਕੀ ਆ ਆਪਾਂ ਜਾਣਾਂਗੇ ਗੱਲਬਾਤ ਸਾਰੀ। ਔਰ ਦੂਜੀ ਗੱਲ ਇਹ ਕਹਿੰਦਾ ਨੇ ਲਾਹੌਰ ਤੋਂ ਸ਼ੀਸ਼ਾ ਲਿਆਂਦਾ ਸੀ, ਉਸ ਵਿਸ਼ੇ 'ਤੇ ਵੀ ਗੱਲਬਾਤ ਆਪਾਂ ਅੱਜ ਕਰਾਂਗੇ। ਅੰਕਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ ਜੀ, ਠੀਕ ਠਾਕ ਹੋ? ਹਾਂ ਜੀ, ਠੀਕ ਠਾਕ ਜੀ। ਜੀ ਮੈਂ ਜਿੱਦਾਂ ਪਹਿਲਾਂ ਗੱਲ ਕੀਤੀ, ਕਦੋਂ ਕਿਸੇ ਦੁਕਾਨ 'ਚ ਐਂਟਰ ਕਰੀਏ ਨਾ ਵੱਡਾ ਸਾਰਾ ਸ਼ੀਸ਼ਾ ਲੰਘ ਕੇ ਜਾਣਾ ਪੈਂਦਾ ਉੱਥੇ, ਅਸੀਂ ਤਾਂ ਇੱਦਾਂ ਸਿੱਧਾ ਹੀ ਅੰਦਰ ਆ ਗਏ ਹਾਂ, ਕੋਈ ਸ਼ੀਸ਼ਾ ਲੱਗਿਆ ਹੋਇਆ, ਕੀ ਗੱਲ ਹੋ ਗਈ? ਸ਼ੀਸ਼ਾ ਜੀ ਪੈਸਾ ਨਾ ਲੱਗਦਾ ਵਾ, ਸ਼ੀਸ਼ਾ ਨਾਲੇ ਦੁਕਾਨ ਸਹੀ ਬਣੀ ਹੋਵੇ ਫੇਰ ਸ਼ੀਸ਼ਾ ਸਹੀ ਠੀਕ ਲੱਗਦਾ, ਇੱਦਾਂ ਹੁਣ ਸ਼ੀਸ਼ਾ ਲਾ ਵੀ ਕੀ ਕਰੂਗਾ ਇੱਥੇ। ਇੱਕ ਜੀ ਦੇਖੋ ਬੜੇ ਪੁਰਾਣੇ ਜ਼ਮਾਨੇ ਦਾ ਇੱਥੇ ਪਿਆ ਸ਼ੀਸ਼ਾ, ਇੱਕ ਜੀ ਸਾਹਮਣੇ ਉਹ ਸ਼ੀਸ਼ਾ ਅੱਗੇ ਦੇ ਲਾਹੌਰ ਤੋਂ ਲਿਆਂਦਾ ਸੀਗਾ ਉਹ ਜੀ ਸਾਡੇ ਮਾਮੇ ਨੇ ਲਿਆ ਦਿੱਤਾ ਸੀ ਸਾਡੇ ਬਾਪ ਨੂੰ, ਅਤੇ ਉਹ ਜਦੋਂ ਤਿਆਰ ਹੋ ਕੇ ਜਾਂਦੇ ਸੀਗੇ ਨਾ ਤਾਂ ਉਹ ਸ਼ੀਸ਼ਾ ਇੱਥੇ ਦੇਖਦੇ ਹੁੰਦੇ ਸੀਗੇ। ਇਹ ਕਿੰਨਾ ਕੁ ਪੁਰਾਣਾ ਜੀ? ਇਹ ਦੇਖ ਲਓ ਹੁਣ ਇਹਨੂੰ, ਹੁਣ ਮੇਰਾ ਖਿਆਲ ਆ ਬਈ 75 ਸਾਲ ਤਾਂ ਪਾਕਿਸਤਾਨ ਬਣੇ ਨੂੰ ਹੋ ਗਏ ਆ, ਉਦੋਂ ਪਹਿਲਾਂ ਨਾ ਲਿਆ ਦਿੱਤਾ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਨਹੀਂ ਸੀਗਾ। ਦੇਖੋ ਤੁਸੀਂ ਪਾਕਿਸਤਾਨ ਔਰ ਹਿੰਦੁਸਤਾਨ ਦੀ ਗੱਲ ਕੀਤੀ ਹੈ, ਤੁਸੀਂ ਪਾਕਿਸਤਾਨ ਤੋਂ ਇੱਥੋਂ ਆਏ ਸੀ ਜਾਂ ਇੱਥੋਂ ਦੇ ਬਸ਼ਿੰਦੇ ਸੀ? ਇੱਥੋਂ ਦੇ ਰਹਿਣ ਵਾਲੇ ਹਾਂ। ਤੁਸੀਂ ਇੱਥੋਂ ਦੇ ਸੀ ਅਤੇ ਇਹ ਪੁਰਾਣਾ ਮਾਡਲ ਉਦੋਂ ਦਾ ਬਣਿਆ ਹੋਇਆ? ਹਾਂ, ਇਹ ਸਾਡੇ ਬਾਬੇ ਨੇ ਬਣਾਇਆ ਸੀਗਾ ਜੀ, ਇਹ 1913 ਦੇ ਵਿੱਚ ਬਣਾਉਣਾ ਸ਼ੁਰੂ ਕੀਤਾ ਅਤੇ 15 'ਚ ਬਣਿਆ ਸੀਗਾ। ਦੇਖੋ ਜੀ ਹੋਰ ਕੋਈ ਆਂਢ ਗਵਾਂਢ ਕੋਈ ਮੁਸਲਮਾਨ ਵੀਰਾਂ ਦੇ ਘਰ ਤੁਹਾਨੂੰ ਕੋਈ ਤੁਹਾਡੇ ਪਿਤਾ ਨੇ ਤੁਹਾਡੇ ਦਾਦੇ ਨੇ ਕਿਸੇ ਦੱਸੇ ਹੋਣ, ਕਿਉਂਕਿ ਪੁਰਾਣੇ ਇੱਕ ਡਿਜ਼ਾਇਨ ਹੈ ਅਤੇ ਇਸ ਤਰ੍ਹਾਂ ਦੇ ਹੋਰ ਵੀ ਆਂਢ ਗਵਾਂਢ ਘਰ ਹੁੰਦੇ ਹੋਣਗੇ? ਦੇਖੋ ਜੀ ਇੱਥੇ ਦੋ ਘਰਾਂ ਦਾ ਮੈਨੂੰ ਪਤਾ ਵਾ, ਇੱਕ ਤਾਂ ਸੀਗੀ ਆਹ ਜਿਹੜੀ ਨਾਲ ਦੀ ਹੱਟੀ ਸੀਗੀ ਨਾ, ਇਹ ਗ੍ਰਾਮ ਰਸੂਲ ਦੀ ਸੀਗੀ, ਹਲਵਾਈ ਗ੍ਰਾਮ ਰਸੂਲ ਦੀ, ਉਹ ਹਲਵਾਈ ਸੀਗਾ। ਅਤੇ ਜਿਹੜਾ ਇੱਕ ਉਹ ਸੀਗਾ ਤੇਲੀਆਂ ਦਾ ਘਰ ਸੀਗਾ ਜਿੱਥੇ ਗਾਂ ਸੀਗਾ, ਅਤੇ ਉਹ ਹੁਣ ਵਿਕ ਬੁੱਕ ਗਏ, ਚਲੇ ਗਏ, ਨਵੇਂ ਸਿਰ ਬਣ ਗਏ ਆ, ਅਤੇ ਉਹ ਇੱਕ ਦੋ ਘਰਾਂ ਦਾ ਪਤਾ, ਬਾਕੀ ਆ ਪਿਛਲੇ ਪਾਸੇ ਸਾਰੇ ਹੁੰਦੇ ਸੀਗੇ ਆ ਰਾਈਆਂ ਦੇ ਘਰ। ਰਾਈ ਬਰਾਦਰੀ ਇੱਥੇ ਰਹਿੰਦੀ ਸੀ? ਹਾਂ ਹਾਂ। ਰਾਈ ਬਰਾਦਰੀ ਦਾ ਕੋਈ ਨਾਮ ਵਗੈਰਾ ਤੁਹਾਨੂੰ ਕਿਸੇ ਦੱਸਿਆ? ਬਹੁਤ ਅਸੀਂ ਤਾਂ ਜੰਮੇ ਵੀ ਨਹੀਂ ਸੀ ਉਹਦਾ, ਕੋਈ ਦਾਦਿਆਂ ਪੜਦਾਦਿਆਂ ਨੇ ਦੱਸਿਆ? ਨਹੀਂ ਨਹੀਂ ਆਪਾਂ ਨਹੀਂ ਪਤਾ, ਐਵੇਂ ਤੈਨੂੰ ਕਹੀਏ ਇਹਦਾ ਪਤਾ ਸੀ ਵੀ ਕਿੱਥੇ ਗ੍ਰਾਮ ਰਸੂਲ ਦੀ ਦੁਕਾਨ ਹੁੰਦੀ ਸੀਗੀ, ਬਾਕੀ ਆ ਸਾਡੇ ਹੀ ਦੋ ਤਿੰਨ ਘਰ ਸੀਗੇ ਇੱਥੇ, ਠੀਕ ਨੇ? ਅਤੇ ਇੱਕ ਜੀ ਦੂਜੀ ਗੱਲ ਦੇਖੋ ਜੀ, ਇਹ ਪੈਸੇ ਕਦੋਂ ਆਪਾਂ ਰੱਖਦੇ ਹਾਂ ਨਾ ਅਤੇ ਉਹ ਮੈਨੂੰ ਲੱਗਦਾ ਇਹੋ ਹੀ ਗੱਲਾਂ ਪੈਸੇ ਵਾਲਾ ਇਤਰਾਜ ਆ, ਪੈਸੇ ਆਉਣਾ ਜੀ, ਹਾਲੋ ਆ ਦੇਖੋ ਕਮਾਲ, ਅਤੇ ਇਹ ਤਾਂ ਉੱਪਰ ਸਿੱਧਾ ਇੱਥੇ ਮਾੜੇ ਜਿਹੇ ਤੁਹਾਡੇ ਪੈਸੇ ਤਾਂ ਅਸੀਂ ਨਹੀਂ ਦਿਖਾਉਣੇਗੇ, ਥੋੜ੍ਹੇ ਅਜੇ ਘਾਟਾ ਤੁਹਾਡੇ ਹੀ ਹੋਣ, ਇਹ ਵੀ ਠੀਕ ਠਾਕ ਜਿਹਾ ਹੀ ਆ, ਕੋਈ ਜ਼ਿਆਦਾ ਵਧੀਆ ਨਹੀਂ। ਨਹੀਂ ਨਹੀਂ ਹੁਣ ਗੱਲ ਸਾਰੀਆਂ ਚੀਜ਼ਾਂ ਵਧੀਆ ਪੈਸੇ ਨਾਲ ਹੀ ਬਣਨੀਆਂ, ਪੈਸੇ ਨਾਲ ਹੀ ਬਣਦੀਆਂ ਨਾ, ਅਤੇ ਆ ਪੀਪੇ ਵੀ ਰੱਖੇ ਹੋਏ ਆ, ਤੇਲ ਵਗੈਰਾ ਇਹਦੇ ਵਿੱਚ? ਹਾਂ ਤੇਲ ਆ ਜੀ, ਉਹ ਕੋਕ ਵਾਲੀਆਂ ਬੋਤਲਾਂ ਜੀ ਥੱਲੇ ਸਿੱਟੀ ਹੋਈਆਂ? ਹਾਂ ਜੀ ਹਾਂ ਜੀ ਹਾਂ ਜੀ, ਉਹ ਵਿਕਦਾ ਨਹੀਂ ਹੁਣ ਕੋਕ ਜੀ, ਹੁਣ ਦੂਜਾ ਪਲਾਸਟਿਕ ਵਾਲੀਆਂ ਬੋਤਲਾਂ ਆ ਗਈਆਂ, ਪਲਾਸਟਿਕ ਵਾਲੀ ਇਹ ਫੇਲ ਹੋ ਗਈਆਂ? ਹਾਂ ਇਹ ਫੇਲ ਹੋ ਗਈਆਂ। ਅਤੇ ਇਸ ਤੋਂ ਹੋਰ ਕੋਈ ਪੁਰਾਣੀ ਚੀਜ਼ ਹੋਵੇ ਕਿਹੜੀ ਸਾਨੂੰ ਉਹ ਵੀ ਦਿਖਾ ਦਵਾ ਜੀ? ਨਹੀਂ ਹੋਰ ਤਾਂ ਕੋਈ ਨਹੀਂ ਹੈਗੀ ਆਪਣੇ ਕੋਲ, ਪੁਰਾਣੀ ਤਾਂ ਨਵੀਂ ਕਹੀਏ। ਅੱਛਾ ਜੀ, ਅਤੇ ਕਾ ਕੀ ਆ ਬਈ ਖਾਤਾ ਸਾਰਾ? ਇੱਥੇ ਪੈਸੇ ਪੁਸ ਰੱਖੇ ਹੋਇਆ ਆ ਡੱਬੇ ਜੀ, ਇਹ 'ਚ ਕੀ ਹੁੰਦਾ ਸੀ? ਇਹ 'ਚ ਤਾਂ ਦੇਖੋ ਪਹਿਲਾਂ ਚਾਹ ਪੱਤੀ ਪਾਉਂਦੇ ਹੁੰਦੇ ਸੀ, ਖੁੱਲੀ ਵਿਕਦੀ ਹੁੰਦੀ ਸੀ, ਰੁਪਈਏ ਦੇ ਦਿਓ, ਦੋਵਾਂ ਦੀ ਦੇ ਦਿਓ। ਅੱਛਾ ਤੁਸੀਂ ਰੁਪਈਏ ਦੋਵਾਂ ਦੀ ਵੇਚੀ ਹੋਈ ਆ? ਤੇਲੀ ਦੇ ਰੁਪਈਏ ਦੋ ਤਾਂ ਬਹੁਤ ਵੱਡੀ ਗੱਲ, ਤੇਲੀ ਦੀ ਚਵਾਨੀ ਦੀ ਤੁਸੀਂ ਵੀ ਵੇਚੀ ਹੋਈ? ਹਾਂ ਹਾਂ, ਯਾਨੀ ਸਾਡੇ ਕੋਲ ਨਿਆਣੇ ਇੱਥੇ 5 ਦਾ 10 ਦਾ ਸੌਦਾ ਲੈਣ ਆਉਂਦੇ ਰਹੇ ਆ, ਅਤੇ ਉਹ ਨਿਆਣੇ ਜਿਹੜੇ 5-10 ਦਾ ਸੌਦਾ ਲੈ ਕੇ ਸੌਦਾ ਇੱਥੋਂ ਲੈਣ ਆਉਂਦੇ ਸੀ, ਹੁਣ ਵੀ ਕਦੇ ਆਉਂਦੇ ਆ? ਕਦੇ ਹੁਣ ਕੀ ਆਉਣਾ ਉਹਨਾਂ ਨੇ? ਹੁਣ ਨਹੀਂ ਕਿਤੇ 50 ਸੌ ਦੀ ਚੀਜ਼ ਨਹੀਂ ਆਉਂਦੇ ਉਹ ਲੈਣ? ਹੁਣ ਨਿਆਣੇ ਤਕੜੇ ਹੋ ਗਏ, ਤਾਂ ਇੱਕ ਵਾਰੀ ਇੱਥੇ ਮੇਰੇ ਕੋਲ ਆਣ ਕੇ ਇੱਕ ਬੁੜੀ ਕੁੜੀ ਬਹਿ ਗਈ, ਉਹਦੇ ਕੋਲ ਐਡਾ ਵਾਹਵਾ ਤਕੜਾ ਨਿਆਣਾ ਸੀ 12-13 ਸਾਲਾਂ ਦਾ, ਉਹ ਕਹਿੰਦੀ ਮੈਂ ਜਾਣਾ ਸਮੈਲਪੁਰ ਨੂੰ, ਅਤੇ ਮੈਂ ਕਿਹਾ ਮਾਤਾ ਹੁਣ ਟੈਂਪੂ ਤਾਂ ਲੰਘ ਗਿਆ ਸਮੈਲਪੁਰ ਦਾ, ਉਹ ਉੱਧਰੋਂ ਮੁੜ ਕੇ ਆਊਗਾ ਅਤੇ ਫਿਰ ਸਮੈਲਪੁਰ ਨੂੰ ਜਾਣਾ ਉਹਨੇ, ਅਤੇ ਉਹ ਕਹਿੰਦੀ ਮੈਂ ਅੰਕਲ ਜੀ ਤੁਸੀਂ ਮੈਨੂੰ ਮਾਤਾ ਨਾ ਕਹੋ, ਕਹਿੰਦੀ ਅਸੀਂ ਇਸ ਸਕੂਲ 'ਚ ਤਾਂ ਕਹਿੰਦੀ ਅਸੀਂ ਪੜ੍ਹਦੇ ਰਹੇ ਹਾਂ। ਅੱਛਾ ਜੀ, ਹੱਸ ਵਾਲੀ ਗੱਲ? ਹਾਂ, ਉਹ ਕਹਿੰਦੀ ਵੀ ਇਸ ਸਕੂਲ 'ਚ ਅਸੀਂ ਪੜ੍ਹਦੇ ਨੇ, ਮੇਰੀ ਕਹਿੰਦੀ ਉਮਰ ਨਹੀਂ ਜ਼ਿਆਦੀ, ਉੱਦਾਂ ਕਹਿੰਦੀ ਘਰ ਦੀ ਤੰਗੀ ਕਰਕੇ ਤਾਂ ਬੰਦਾ ਸਰੀਰ ਇੱਦਾਂ ਤੰਗੀਆਂ ਪਰੇਸ਼ਾਨ ਕਰ ਦਿੰਦੀ ਆ, ਅਤੇ ਕਹਿੰਦੀ ਮੈਂ ਉੱਦਾਂ ਇੰਨੀ ਜ਼ਿਆਦਾ ਉਮਰ ਦੀ ਹੈਗੀ ਅੰਕਲ ਜੀ, ਕਹਿੰਦੀ ਮੈਂ ਇਸ ਸਕੂਲ 'ਚ ਪੜ੍ਹਦੀ ਰਹੀ ਹਾਂ ਇੱਥੇ। ਦੇਖੋ ਜੀ ਕੋਈ ਪੁਰਾਣੀ ਗੱਲ ਅੱਜ ਵੀ ਚੇਤਾ ਆਉਂਦਾ ਹੋਵੇ, ਉਹ ਗੱਲ ਤੁਸੀਂ ਦੇਖ ਕੇ ਅੱਜ ਵੀ ਮੁਝ ਹੱਸਦਾ ਨਹੀਂ, ਇਕੱਲੇ ਬੈਠੇ ਕਦੇ ਹੱਸੇ ਹੋ, ਕੋਈ ਯਾਦ ਹੋਵੇ? ਨਹੀਂ ਇੱਦਾਂ ਤਾਂ ਕੋਈ ਨਹੀਂ ਹੱਸੇ ਬਈ।
अच्छा जी, तो इस तू अगे तुम मैं होर दिखा, ये एक दरवाजा, अजकल दरवाजे बहुत तुम देख नहीं मिलने, इधर तस्वीर दिखाने जोर बड़ा लगता है ना ये। अच्छा जी, जोर जोर लगा के खिंचना काफी व्डा, इन्ना व्डा ही है। ओहो, ए कमाल हो चीज देखने वाली है ना, ये मेरे को लगता बबूआ काम औखा ही है। मैं कहना तुम करो, मेरे मेरे को खिंचा पता ही नहीं लग्या है। आ दरवाजे वाल मैंने कैमरा ला के रखी, आ देखो कि लगता सिंगल जहा, पर देखो ये पूरा कह सकते कि गाटर बनया पा। आ देखो ये पिछे भी है, उन्हें पिछे तो पिछे दिखा इधर आ गए। आ देखो ये दरवाजा इसने पिछे, उन्ना ही पिछे है, कमाल हुई पई है। तो यही एक जी आ दस्यो इतने के पुराने है सारे, महला दस दो पहले पुरानी घा मंडी जो मुसलमान इतने बैठे थे, पुरानी घा मंडी फिर बाद च कह लग पे जी समैलपुर वाला रोड, फिर हुण कहण लग पे चोपड़िया महला, फिर बिच्चे माता माता राणी वाला महला भी कहण लग पाया। क्यों जिदा जिदा गांह बदल गया, काम काम बदल गया समय दे नाल नाल, पहला जानी पुरानी घा मंडी कहिंदे सीगे, ठीक ने, उदों घर भी थोड़े सीगे, ते फिर बाद दे विच हुण कहण लग पे जी चोपड़िया महला, फिर कहण लग पे माता राणी दा मंदिर इत्थे बन गया, माता राणी मंदिर वल कोल जाणा वा, उस महले जाणा वा। तो इदा हूँ गांह की गांह जिदा नवे नवे काम चल पे, नवे नवे ड्रेस बन गए, ठीक है नहीं, अगे ड्रेस चोपड़िया महला कह सकते। हाँ चोपड़िया महला कह सकते, चोपड़िया महले के बच्चे दुकान है, तो इतों समान जरूर खे खरीदो, जेकर योजी दुकाना आप चलदी रखनी है, तो अगे तक लंबी दुकान ही है सारी जी। हाँ लंबी दुकान ही, पहले हकीमी की दुकान। अच्छा जी, हकीमी पहले छे कहते किसान का डैडी जो फादर साहब थोड़े, वो हकीमी दुकान कर, हकीमी दुकान करता सी, हकीम से डॉक्टर सी, हकीम हम डॉक्टर कह दे, डॉक्टर नहीं थे, हकीम ही होंगे थे उदों, वो हकीमी की दुकान करता हों, तो उस वेले सा बाबा भी यही काम करता हों, फिर दुकान पा ली, तो असं गांह हूँ हकीमी फेल हो गई ना, हकीमी हूँ आरजू वैदिक नुस्खा वगैरह आ, नुस्खा है पर पता नहीं था इन्ना अगला टाइम रुकता नहीं, ਤੁਹਾਨੂੰ ਕੋਈ ਯਾਦ ਹੋਵੇ ਮਾੜਾ ਮੋਟਾ ਦੱਸ ਹੀ ਦਿਓ ਕਿਸੇ। ਨਹੀਂ ਨਹੀਂ, ਜਿਹੜਾ ਨੁਸਖਾ ਕੋਈ ਵੀ ਦੱਸੀਏ ਨਾ ਅਗਲੇ ਨੂੰ, ਉਹ ਉਸੇ ਟਾਈਮ ਥੋੜਾ ਉਹਨੇ ਫਾਇਦਾ ਕਰਦੇ, ਉਹਨਾਂ ਦਾ ਘੱਟੋ ਘੱਟ 2-4 ਦਿਨ ਬਾਅਦ ਜਾ ਕੇ ਉਹਨੇ ਫਾਇਦਾ ਕਰਨਾ ਸ਼ੁਰੂ ਕਰਨਾ। ਕੋਈ ਤੁਹਾਨੂੰ ਚੇਤਾ ਹੋਵੇ ਤਾਂ ਮਾੜਾ ਮੋਟਾ ਦੱਸ ਹੀ ਦਿਓ ਅੱਜ। ਦੇਖੋ ਨੁਸਖਾ ਹੁਣ ਸਾਨੂੰ ਤਾਂ ਇੰਨਾ ਪਤਾ, ਮੈਂ ਜਿਹੜਾ ਵਰਤਦਾ ਆਪ, ਠੀਕ ਨੇ, ਜੇ ਕੋਈ ਰੋਟੀ ਰਾਟੀ ਨਾ ਹਜ਼ਮ ਹੁੰਦੀ ਹੋਵੇ, ਨਾ ਕੁਛ ਹੁੰਦਾ ਹੋਵੇ, ਤਾਂ ਚੁਟਕੀ ਇੱਕ ਜਵੈਣ ਦੀ ਮੂੰਹ 'ਚ ਪਾ ਲਓ, ਤਾਂ ਬੜੀ ਵੱਡੀ ਗੱਲ ਕਹਿਤੀ ਹੈ ਹਵੇ। ਉਹ ਚੁਟਕੀ ਜਵੈਣ ਨਾ ਪਾਉਣ ਨਾਲ ਇਹ ਗੱਲ ਹੁੰਦੀ ਆ ਵੀ ਯਾਨੀ ਕਿ ਆਪਣੀ ਡਕਾਰ ਵੀ ਆ ਜੂ, ਹਵਾ ਵੀ ਸਰ ਜੂ, ਅਤੇ ਆਪਣਾ ਚਿੱਤ ਹਲਕਾ ਹੋ ਜੂ। ਲੈ ਲਓ ਜੀ, ਦੁਕਾਨ ਦੇ ਨਾਲ ਦੁਕਾਨਦਾਰ ਦੇ ਹਕੀਮੀ ਵਾਲਾ ਵੀ ਨੁਸਖਾ ਦੱਸਦਾ ਵਾ, ਅਤੇ ਆਪਾਂ ਅੱਗੇ ਥੋੜ੍ਹੇ ਦਿਖਾਉਂਦੇ ਹਾਂ। ਦੇਖੋ ਥੋੜ੍ਹਾ ਥੋੜ੍ਹਾ ਸਮਾਨ ਜਿਹਾ ਰੱਖਿਆ ਹੋਇਆ ਸਾਰਾ, ਅੱਗੇ ਥੋੜ੍ਹਾ ਹਨੇਰਾ ਵਾ, ਤਾਂ ਇਹ ਤਸਵੀਰ ਅੱਗੇ ਤੱਕ ਸਾਰੀ, ਇੱਕ ਟੀ ਵੀ ਵੀ ਪਿਆ ਉਹ ਵੀ ਦਿਖਾ ਦਿੰਦੇ ਆਪਾਂ, ਪੁਰਾਣਾ ਘਰ ਅਤੇ ਆ ਟੀ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਾ, ਬਹੁਤ ਘੱਟ ਆ ਹਨੇਰਾ ਥੋੜ੍ਹਾ, ਅਤੇ ਆ ਟੀ ਵੀ ਪਿਆ ਵਾ। ਤਾਂ ਇਹ ਪੁਰਾਣੀਆਂ ਦੁਕਾਨਾਂ ਜੋ ਅਜੋਕੇ ਸਮੇਂ ਯਾਨੀ ਕਿ ਅੱਜ ਦੇ ਸਮੇਂ ਦੇ ਵਿੱਚ ਬੰਦ ਹੋਣ ਦੀ ਤਦਾਦ 'ਤੇ ਆ, ਕਿੰਨਾ ਕੁ ਸਮਾਨ ਇਹਨਾਂ ਕੋਲ ਪਿਆ ਤਾਂ ਉਨਾ ਕੁ ਸਮਾਨ ਇਹ ਵੇਚ ਲੈਂਦੇ ਆ, ਅਤੇ ਕੋਈ ਜ਼ਿਆਦਾ ਸਮਾਨ ਦੀ ਦੁਕਾਨ ਦੇ ਵਿੱਚ ਆ ਸਾਹਮਣੇ ਜੋ ਡੱਬੇ ਪਏ ਸਾਹਮਣੇ ਉਹਨਾਂ ਵਿੱਚ ਕੀ ਹੁੰਦਾ ਸੀਗਾ ਜੀ? ਉਹ ਤਾਂ ਉੱਦਾਂ ਹੀ ਆ, ਖਾਲੀ ਆ ਹੁਣ ਤਾਂ। ਮੈਨੂੰ ਲੱਗਦਾ ਪਹਿਲਾਂ ਬਲੇਟ ਵਗੈਰਾ ਨਹੀਂ ਹੁੰਦੇ ਸੀਗੇ? ਆ ਬਲੇਟ ਮਿੰਟਲ ਆਉਂਦੇ ਹੁੰਦੇ ਸੀਗੇ ਆ, ਗੈਸ ਦੇ ਪਾਉਣ ਵਾਲੇ। ਆਮ ਦੁਕਾਨਾਂ 'ਚ ਤੁਹਾਨੂੰ ਬਹੁਤ ਸਮਾਨ ਦੇਖਣ ਨੂੰ ਮਿਲੂਗਾ, ਖਾਸ ਕਰਕੇ ਉਹ ਬਰਤਨ ਵਾਲਾ ਧੋਣ ਵਾਲਾ ਸਾਬਣ ਤਾਂ ਬਹੁਤ ਜ਼ਿਆਦਾ ਹੁੰਦਾ, ਉਹ ਸਰਫ ਥੋੜ੍ਹੀ ਜਿਹੀ ਪਈ ਹੋਈ, ਸਿਰਫ ਦੁਕਾਨਦਾਰੀ ਇੱਕ ਬਚਾ ਕੇ ਰੱਖੀ ਹੋਈ ਆ ਵੀ ਇੱਕ ਬੱਚਾ ਰਹੇ ਤਾਂ ਮਾੜਾ ਮਾੜਾ ਸਮਾਨ ਵਿਕਦਾ ਰਹੇ। ਅਤੇ ਇੱਦਾਂ ਥੱਲੇ ਬੈਠ ਕੇ ਵੀ ਬਹੁਤ ਘੱਟ ਦੁਕਾਨਦਾਰ ਦਿਸਣਗੇ, ਆ ਮਹਿਦਪੁਰ ਦੇ ਵਿੱਚ ਤਾਂ ਇੱਕੋ ਹੀ ਦੁਕਾਨਦਾਰ ਆ ਜੋ ਥੱਲੇ ਇਸ ਤਰ੍ਹਾਂ ਬੈਠ ਕੇ ਸਮਾਨ ਗੱਦੀ 'ਤੇ ਵੇਚਦਾ ਹੋਵੇ। ਤਾਂ ਇਹ ਦੁਕਾਨਾਂ ਕਹਿ ਸਕਦੇ ਹਾਂ ਕਿ ਇੱਕ ਮੰਦਹਾਲੀ ਦੇ ਵਿੱਚ ਚੱਲ ਰਹੀਆਂ, ਫੁੱਲੀਆਂ ਪਤਾਸਿਆਂ ਵਾਲੀ ਦੁਕਾਨਾਂ ਬੰਦ ਹੋ ਚੁੱਕੀਆਂ। ਤਾਂ ਇਸ ਤਰ੍ਹਾਂ ਜੇਕਰ ਇਹਨਾਂ ਦੁਕਾਨਾਂ ਨੂੰ ਜਿਉਂਦਾ ਰੱਖਣਾ ਤਾਂ ਹਮਲਾ ਮਾਰਨਾ ਪਊਗਾ, ਮਾੜਾ ਮੋਟਾ ਸਮਾਨ ਇਹਨਾਂ ਤੋਂ ਖਰੀਦਣਾ ਪਊਗਾ ਤਾਂ ਜੋ ਇਹ ਦੁਕਾਨਾਂ ਬਚੀਆਂ ਰਹਿਣ। ਬਾਕੀ ਤੁਹਾਨੂੰ ਇਹ ਸਾਡੀ ਰਿਪੋਰਟ ਕਿਸ ਤਰ੍ਹਾਂ ਦੀ ਲੱਗੀ, ਜੇਕਰ ਤੁਸੀਂ ਇਸ ਬਾਰੇ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟਾਂ ਦੇ ਜ਼ਰੀਏ ਪੁੱਛ ਸਕਦੇ ਹੋ। ਕੈਮਰਾਮੈਨ ਮਨਜੀਤ ਦੇ ਨਾਲ ਹਰਦੀਪ, NNR ਨਿਊਜ਼।
ਮਹਿਤਪੁਰ ਜੁੜ ਗਏ ਚਾਰ ਪੈਸੇ।